ਵਾਹਿਗੁਰੂ 6 ਫੇਜ਼ ਹੋਸਪਿਟਲ ਮੋਹਾਲੀ ਖੜ੍ਹੇ ਹਾਂ। ਵੀਡੀਓ ਪੂਰਾ ਦੇਖਿਓ ਔਰ ਤੁਹਾਡਾ ਸ਼ੇਅਰ ਕਰਨਾ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਰੱਖਦਾ, ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਪੇਸ਼ੈਂਟ ਨੇ। ਇਹ ਰਾਤ ਨੂੰ 1:30 ਵਜੇ ਪਿਆ ਸੀ ਔਰ ਗੱਡੀ ਦੇ ਉੱਪਰੋਂ ਨਿਕਲ ਗਈ, ਉਹਦੀ ਲੱਤ ਟੁੱਟ ਗਈ, ਹੈ ਨਾ। ਬੰਦਾ ਇਕੱਲਾ ਹੈ, ਡੈਸਟੀਟਿਊਟ ਹੈ, ਇਕੱਲਾ ਹੈ, ਅਣਪਛਾਤਾ ਹੈ, ਇੱਥੇ 6 ਫੇਜ਼ ਹਸਪਤਾਲ ਮੋਹਾਲੀ ਪਿਆ ਨਾ, ਇਹਨੂੰ ਲੈ ਕੇ ਚੱਲੇ ਹਾਂ। ਇਸ ਤਰ੍ਹਾਂ ਦੇ ਬਹੁਤ ਸਾਰੇ ਪੇਸ਼ੈਂਟ ਹਸਪਤਾਲਾਂ 'ਚ ਭਰੇ ਪਏ ਨੇ। ਹਸਪਤਾਲ 'ਚ ਜੋ ਸਟਾਫ ਹੁੰਦਾ ਉਹ ਬੜਾ ਪਰੇਸ਼ਾਨ ਹੁੰਦਾ ਕਿ ਪੇਸ਼ੈਂਟ ਨੂੰ ਕਿੱਥੇ ਭੇਜੀਏ, ਕਿੱਥੇ ਇਹਦੀ ਰੱਖ ਰਖਾਵ ਹੋਵੇ। ਇਹ ਪੇਸ਼ੈਂਟ ਬਚਾਏ ਜਾ ਸਕਦੇ ਆ, ਤੁਹਾਡੇ ਸਹਿਯੋਗ ਦੀ ਲੋੜ ਹੈ ਸਾਡੇ। ਕਿਆ ਤੁਸੀਂ ਵੀਡੀਓ ਸ਼ੇਅਰ ਕਰਕੇ ਇੱਦਾਂ ਦੇ ਹਸਪਤਾਲਾਂ ਦੇ ਸਟਾਫ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੋਗੇ? ਇਹ ਪੇਸ਼ੈਂਟ ਬਹੁਤ ਬਹੁਤ ਪਰੇਸ਼ਾਨ ਨੇ, ਛੋਟੀ ਛੋਟੀ ਬਿਮਾਰੀਆਂ ਦੇ ਕਾਰਨ ਮੌਤ ਹੋ ਜਾਂਦੀ ਹੈ। ਰਾਤ ਨੂੰ 1:30 ਵਜੇ ਗੱਡੀ ਵਾਲਾ ਗੱਡੀ ਚੜਾ ਕੇ ਲੰਘ ਗਿਆ ਅਤੇ ਲੱਤ ਤੋੜ ਕੇ ਆਪਣਾ ਨਿਕਲ ਗਿਆ। ਇਹ ਹੁਣ ਮਾੜੀ ਜਿਹੀ ਗੱਲ ਦੇ ਪਿੱਛੇ ਮਰ ਜਾਏਗਾ, ਪਰ ਇਹਨੂੰ ਬਚਾਇਆ ਜਾ ਸਕਦਾ। ਇਹਨੂੰ ਲੈ ਕੇ ਚੱਲਦੇ ਹਾਂ ਸਰਵ ਮੈਂਟੀ ਕੇਅਰ ਸੈਂਟਰ ਦੇ ਵਿੱਚ। ਉਹ 6 ਫੇਜ਼ ਹਸਪਤਾਲ ਤੋਂ ਮੋਹਾਲੀ ਤੋਂ ਇਹਨੂੰ ਲੈ ਕੇ ਆਏ ਹਾਂ। ਡੈਸਟੀਟਿਊਟ ਪੇਸ਼ੈਂਟ ਹੈ ਨਾ, ਸਿੱਟਿਆ ਹੋਇਆ ਇਕੱਲਾ ਪੇਸ਼ੈਂਟ ਸੀਗਾ। ਰਾਤ ਨੂੰ 1:30 ਵਜੇ ਇਹਦੀ ਲੱਤ ਦੇ ਉੱਪਰੋਂ ਗੱਡੀ ਨਿਕਲ ਗਈ ਔਰ ਗੱਡੀ ਵਾਲਾ ਤਾਂ ਆਪਣਾ ਭੱਜ ਗਿਆ ਹੈ ਨਾ। ਹੁਣ ਇਹ ਗੱਡੀ ਵਾਲਾ ਕਿਹੜਾ ਸੀਗਾ ਮੋਹਾਲੀ ਦੇ ਵਿੱਚ? ਇਹ ਲੱਭਣ ਦੇ ਵਿੱਚ ਤੁਸੀਂ ਮਦਦ ਕਰਨੀ ਹੈ ਨਾ। ਜੇ ਉਹ ਗੱਡੀ ਵਾਲਾ ਦੇਖ ਰਿਹਾ ਹੈ, ਕਹਾਂ ਪਰ ਲੱਤ ਤੋੜੀ ਤੁਹਾਡੀ? ਲੇਬਰ ਚੌਕ ਮੋਹਾਲੀ ਮੈਂ, ਚੰਡੀਗੜ੍ਹ ਮੈਂ, ਵਹਾਂ ਰਾਤ ਕੋ ਗਾੜੀ ਚੜਾ ਕੇ ਭੱਗ ਗਿਆ। ਇਹ ਬੰਦਾ ਹੁਣ ਔਖਾ ਸੌਖਾ ਆ ਕੇ ਹਸਪਤਾਲ 'ਚ ਐਡਮਿਟ ਹੋ ਗਿਆ, ਉਹਨਾਂ ਨੇ ਪਲਸਤਰ ਕਰਤਾ, ਹੁਣ ਸਾਡੇ ਕੋਲ ਹੈ ਇੱਥੇ ਨਾ ਮੋਹਾਲੀ ਦੇ ਵਿੱਚ। ਕਿਸੇ ਤਰੀਕੇ ਨਾਲ ਤੁਸੀਂ ਵੀਡੀਓ ਸ਼ੇਅਰ ਕਰਦੇ ਉਸ ਬੰਦੇ ਤੱਕ ਪਹੁੰਚਾ ਦਿਓ। ਐਡਾ ਬੜਾ ਮਹਾਪਾਪ ਕਰਕੇ ਭੱਜ ਗਿਆ ਉਹ, ਘੱਟੋ ਘੱਟ ਹੁਣ ਆ ਕੇ ਇਹਦੇ ਜਿਹੜਾ ਮੈਡੀਕਲ ਖਰਚਾ ਹੈ, ਜੋ ਇਹਦੀ ਸੇਵਾ ਸੰਭਾਲ ਦਾ ਖਰਚਾ ਆਉਂਦਾ, ਉਹ ਤਾਂ ਪੇ ਕਰਦੇ, ਥੋੜ੍ਹਾ ਤਾਂ ਪਛਤਾਪ ਕਰ ਲੈ। ਸ਼ਾਇਦ ਉਹ ਕਰਨਾ ਵੀ ਚਾਹੁੰਦਾ ਹੋਵੇ, ਮੌਕੇ ਤੇ ਘਬਰਾ ਗਿਆ ਹੋਵੇ ਕਿਤੇ, ਨਾ ਉਹਦੇ ਤੱਕ ਵੀਡੀਓ ਪਹੁੰਚਾ ਦਊਂਗੇ ਸ਼ੇਅਰ ਕਰਕੇ, ਤਾਂ ਸ਼ਾਇਦ ਉਹ ਸਾਡੇ ਤੱਕ ਅਪਰੋਚ ਕਰ ਸਕੇ। ਨੰਬਰ ਸਾਡੇ ਥੱਲੇ ਚੱਲ ਰਹੇ ਨੇ ਨਾ। ਇਹ ਪੇਸ਼ੈਂਟਾਂ ਨੂੰ ਲੋੜ ਹੈ, ਇੱਦਾਂ ਦੇ ਬਹੁਤ ਸਾਰੇ ਪੇਸ਼ੈਂਟ, ਚਾਹੇ ਉਹ PGI ਹੈ, ਚਾਹੇ ਉਹ 32 ਹੈ, ਚਾਹੇ 6 ਫੇਸ ਹਸਪਤਾਲ ਹੈ। ਨੰਗਲ ਤੋਂ ਆਇਆ ਪੇਸ਼ੈਂਟ ਉੱਥੇ ਪਿਆ, ਉਹ ਵੀ ਇੱਦਾਂ ਹੀ ਮਾਰ ਕੇ ਚਲੇ ਗਏ ਸੀਗੇ, ਮੁੰਡਿਆਂ ਨੇ ਇਕੱਠੇ ਹੋ ਕੇ ਨੰਗਲ 'ਚ ਸਿਵਲ ਅਥਾਰਟੀ ਹਸਪਤਾਲ ਦੇ ਵਿੱਚ ਜਮ੍ਹਾਂ ਕਰਾਇਆ, ਹੁਣ ਸਾਡੇ ਕੋਲ ਇੱਥੇ। ਇਸ ਤਰ੍ਹਾਂ ਅੱਡ ਹਸਪਤਾਲਾਂ 'ਚ ਪੇਸ਼ੈਂਟ ਭਰੇ ਪਏ ਨੇ, ਹੈ ਨਾ। ਇੰਡੀਆ ਵਰਗੇ ਮੁਲਕ ਦੇ ਵਿੱਚ ਜਿੱਥੇ ਬੈੱਡਾਂ ਦੀ ਇੰਨੀ ਜ਼ਿਆਦਾ ਹੋਸਪਿਟਲ 'ਚ ਘਾਟ ਹੈ, ਉੱਥੇ ਇਹ ਪੇਸ਼ੈਂਟਾਂ ਦੇ ਬੈੱਡ ਨਹੀਂ ਹੈਗੇ। ਹੋਸਪਿਟਲ ਸਟਾਫ ਵਾਲੇ ਇਹਨਾਂ ਨੂੰ ਕੱਢਣਾ ਚਾਹੁੰਦੇ, ਬਟ ਉਹ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ, ਕਿੱਥੇ ਕੱਢੀਏ, ਹੈ ਨਾ। ਸੋ ਬੜੇ ਭਿਆਨਕ ਹਾਲਾਤਾਂ ਦੇ ਵਿੱਚ ਸੜਕਾਂ 'ਤੇ ਆ ਜਾਂਦੇ ਆ ਪੇਸ਼ੈਂਟ, ਔਰ ਬਿਨਾਂ ਕਿਸੇ ਗੱਲ ਤੋਂ ਨਾ ਜਿਹੜੇ ਠੀਕ ਕੀਤੇ ਜਾ ਸਕਦੇ ਆ ਉਹ ਮਰ ਜਾਂਦੇ ਨੇ, ਹੈ ਨਾ। ਇਹਨਾਂ ਪੇਸ਼ੈਂਟਾਂ ਨੂੰ ਬਚਾਉਣ ਦੇ ਵਿੱਚ ਤੁਸੀਂ ਸਿੱਧਾ ਸਹਿਯੋਗ ਕਰ ਸਕਦੇ ਹੋ ਸਾਡੇ। ਪਲੀਜ਼ ਵੀਡੀਓ ਸ਼ੇਅਰ ਕਰਕੇ ਇਹਨਾਂ ਹੋਸਪਿਟਲ ਸੋਸ਼ਲ ਵਰਕਰ ਤੱਕ, ਹੋਸਪਿਟਲ ਸਟਾਫ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰੋ, ਹੈ ਨਾ। ਔਰ ਜੇ ਕਿਤੇ ਸ਼ੇਅਰ ਕਰਦੇ ਹੋਏ ਤੁਹਾਡਾ ਵੀਡੀਓ ਉਸ ਬੰਦੇ ਕੋਲ ਪਹੁੰਚ ਜਾਵੇ ਜਿਹੜਾ ਰਾਤ ਨੂੰ ਗੱਡੀ ਚੜ੍ਹਾ ਕੇ ਇਹਦੀ ਲੱਤ ਤੋੜ ਕੇ ਭੱਜ ਗਿਆ ਸੀਗਾ, ਸ਼ਾਇਦ ਉਹ ਮੌਕੇ 'ਤੇ ਘਬਰਾ ਗਿਆ ਹੋਵੇ, ਬਾਅਦ 'ਚ ਉਹਨੂੰ ਪਛਤਾਪ ਹੋਇਆ ਹੋਵੇ, ਉਹਨੂੰ ਪਛਤਾਵਾ ਵੀ ਹੋਇਆ ਹੋਵੇ, ਔਰ ਇਹਦੀ ਮਦਦ ਕਰਨਾ ਚਾਹੁੰਦਾ ਹੋਵੇ, ਤਾਂ ਸਾਡੇ ਥੱਲੇ ਨੰਬਰ ਚੱਲ ਰਹੇ ਨੇ, ਕੰਟੈਕਟ ਕਰ ਸਕਦਾ, ਠੀਕ ਹੈ, ਇਹਦੀ ਮਦਦ ਦੇ ਵਿੱਚ ਸਹਿਯੋਗ ਕਰ ਸਕਦਾ।